ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀ ਵੀ ਦੇਖ ਰਹੇ ਹੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਇਕਾਂ ਮੰਤਰੀਆਂ ਦੇ ਨਾਲ ਜਿਹੜੀ ਬੈਠਕ ਸੀ ਉਹ ਖਤਮ ਹੋ ਚੁੱਕੀ ਆ, ਔਰ ਉਸ ਤੋਂ ਬਾਅਦ ਮਲਵਿੰਦਰ ਸਿੰਘ ਕੰਗੀ ਦੀ ਗੱਲ ਕਰੀਏ, ਮੀਤ ਹੇਰ ਦੀ ਗੱਲ ਕਰੀਏ, ਇੱਥੇ ਪਹੁੰਚੇ ਨੇ, ਮੀਡੀਆ ਨਾਲ ਗੱਲਬਾਤ ਕਰਨਗੇ, ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆਉਣਗੇ ਕਿ ਆਖਿਰ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਇਸ ਬੈਠਕ ਦੇ ਵਿੱਚ ਚਰਚਾ ਹੋਈ ਹੈ। ਸਿੱਧੇ ਤੌਰ 'ਤੇ ਹੁਣ ਜੇਕਰ ਸ਼ੂਗਰ, ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਹੀਂ ਸਤਾਉਂਦਾ, ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫ਼ਤ 'ਚ ਸੇਵਾਵਾਂ 'ਚੋਂ ਪ੍ਰਦਾਨ ਕਰ ਰਹੇ ਨੇ। ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ, ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਮੈਂ ਦਿਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਨੇ ਹਰੇਕ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਹੈ, ਜਿਸ ਕਰਕੇ ਸਾਨੂੰ ਇਸਦਾ ਬਹੁਤ ਫਾਇਦਾ ਹੋਇਆ ਹੈ। ਮੁਹੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਕੇ ਸਾਨੂੰ ਫ੍ਰੀ ਦਵਾਈ ਮਿਲਦੀ ਹੈ। ਬਾਹਰ ਸਾਨੂੰ ਟੈਸਟ ਲਈ 500-1000 ਰੁਪਏ ਲੱਗਦਾ ਸੀ, ਪਰ ਇੱਥੇ ਟੈਸਟ ਵੀ ਫ੍ਰੀ ਹਨ। ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਸਾਨੂੰ ਟੈਸਟ ਨਹੀਂ ਹੁੰਦਾ ਹੈ, ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ, ਇਸ ਲਈ ਮੁਹੱਲਾ ਕਲੀਨਿਕ ਸਾਡੇ ਲਈ ਬਹੁਤ ਲਾਭਦਾਇਕ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ। ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ, ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫ਼ਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ, ਕਿਉਂਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤਮੰਦ ਪੰਜਾਬ, ਇਹ ਦਾਰਾ ਸਿੰਘ ਦਾ ਪੰਜਾਬ ਹੈ, ਇਹ ਮਿਲਖਾ ਸਿੰਘ ਦਾ ਪੰਜਾਬ ਹੈ, ਇਹ ਹਾਕੀ ਦਾ, ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਕਿ ਆਖਿਰ ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਏਜੰਡੇ ਨੂੰ ਲੈ ਕੇ ਚਰਚਾ ਹੋਈ ਹੈ। ਦੇਖੋ ਜੀ, ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਡਾਕਟਰ ਸੰਦੀਪ ਪਾਠਕ ਜੀ, ਸਪੀਕਰ ਸਾਹਿਬ, ਡਿਪਟੀ ਸਪੀਕਰ ਸਾਹਿਬ ਅਤੇ ਜਿਹੜੇ ਸਾਡੇ ਉਹ ਪ੍ਰਧਾਨ ਨੇ ਬੁੱਧ ਰਾਮ ਜੀ, ਸਾਰੇ ਸਾਡੇ MLA ਸਾਹਿਬਾਨ, MP ਸਾਹਿਬਾਨ, ਸਾਰੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਰਹੇ। ਅਤੇ ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਅਤੇ ਸਾਰੇ ਅਸੀਂ ਜਿੰਨੇ ਨੁਮਾਇੰਦੇ ਹਾਂ ਵਿੱਚ, ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆਏ ਹਾਂ, ਅਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣਨ ਤੋਂ ਪਹਿਲਾਂ ਵੀ ਪਤਾ ਸੀ, ਅਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦਾ ਜਿਹੜੀ ਕੰਮ ਹੈ ਉਹ ਕਰ ਰਹੀ ਹੈ। ਸੋ ਮੇਨ ਜਿਹੜਾ ਮੀਟਿੰਗ ਦਾ ਏਜੰਡਾ ਇਹ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ, ਸਾਰੇ MLA ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ, ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਹੈ, ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ, ਕਿਹੜੇ ਲੈਵਲ 'ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ। ਅਤੇ ਉਸ ਤੋਂ ਇਲਾਵਾ, ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚਲਵਾਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦੁਆਰ, ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ ਜਗ੍ਹਾ 'ਤੇ ਵਿੱਚ DC ਸਾਹਿਬਾਨ, ਸਾਡੇ ਅਫਸਰ ਸਾਹਿਬਾਨ ਸਾਰੇ ਪਿੰਡਾਂ 'ਚ ਜਾ ਕੇ, ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ, ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ। ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ MLA ਤੁਹਾਡੇ ਦੁਆਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਕਿ ਜਿੰਨੇ ਲੋਕਾਂ ਦੇ ਨੁਮਾਇੰਦੇ ਹੈ MLA ਸਾਹਿਬਾਨ ਲੋਕਾਂ 'ਚ ਜਾ ਕੇ, ਪਿੰਡ ਪਿੰਡ ਜਾ ਕੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣਨਗੇ ਅਤੇ ਉਹਨਾਂ ਜਿਹੜਾ ਹੱਲ ਹੈ ਉਹ ਕੀਤਾ ਜਾਊਗਾ। ਮੇਨ ਦੇਖੋ, ਕਹਿਣ ਦਾ ਭਾਵ ਇਹੀ ਹੈ, ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਤੱਕ ਭੇਜਿਆ, ਬਹੁਤ ਲੋਕਾਂ ਨੂੰ ਉਮੀਦਾਂ ਨੇ ਅਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ, ਸਮੱਸਿਆਵਾਂ ਨੇ, ਉਹ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ। ਸੋ ਲੋਕਾਂ 'ਚੋਂ ਨਿਕਲ ਕੇ ਆਇਆ ਅਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ, ਇਹੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਵੀ ਦਿੱਤੇ ਅਤੇ ਇਹਦੇ ਜਿਹੜਾ ਡਿਸਕਸ਼ਨ ਹੈ
ਉਹ ਵੀ ਜਿਹੜੀ ਆ ਉਹ ਹੋਈ ਹੈ। ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ, ਪੰਚਾਇਤੀ ਵੀ ਹੋਣੀ ਹੈ, ਕਾਰਪੋਰੇਸ਼ਨ ਵੀ ਹੋਣੀ ਹੈ, ਬਲਾਕ ਸਮਿਤੀ ਵੀ ਹੋਣੀ ਹੈ, ਜ਼ਿਲ੍ਹਾ ਪਰਿਸ਼ਦ ਦੀਆਂ ਵੀ ਹੋਣੀਆਂ, ਅਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਹੈ, ਸਾਡੀ ਸਰਕਾਰ ਹੈ ਹਮੇਸ਼ਾ ਜਿਹੜੀ ਤਿਆਰ ਹੈ, ਪਰ ਉਹਦੇ ਲਈ ਹਜੇ ਕਦੋਂ ਹੋਣੀ ਇਹਦੇ ਬਾਰੇ ਕੋਈ ਜਿਹੀ ਡਿਸਕਸ਼ਨ ਹੈ ਉਹ ਨਹੀਂ ਕੀਤੀ ਗਈ। ਨਹੀਂ ਮੈਂ ਕਹੀ ਜਾਂਦਾ ਜੀ, ਚੋਣਾਂ ਬਾਰੇ ਹਜੇ ਡਿਸਕਸ਼ਨ ਜਿਹੜੀ ਹੈ ਕੋਈ ਨਹੀਂ ਹੋਈ, ਬਾਕੀ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ, ਡਿਸਕਸ਼ਨ ਜਿਹੜੀ ਇਹ 'ਤੇ ਜ਼ਰੂਰ ਜਿਹੜੀ ਆ ਹੋਊਗੀ, ਅਤੇ ਆਮ ਆਦਮੀ ਪਾਰਟੀ ਜਿਹੜੀ ਮਜ਼ਬੂਤੀ ਨਾਲ ਜਿਹੜੀਆਂ ਸਾਰੇ ਇਲੈਕਸ਼ਨ ਲੜਦੇ। ਨਹੀਂ ਹਜੇ ਕੋਈ ਕੈਂਡੀਡੇਟ ਦੀ ਜਿਹੜੀ ਗੱਲ ਨਹੀਂ ਹੋਈ, ਪਰ ਇਹ ਹੈ ਵੀ ਜਦੋਂ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ 'ਚ ਵੀ, ਕਿਉਂਕਿ ਮੇਰਾ ਤਾਂ ਆਪਣਾ ਹਲਕਾ, ਸਾਰੇ ਕਿਤੇ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਆ ਅਤੇ ਤੇਜ਼ੀ ਨਾਲ ਚੱਲ ਰਿਹਾ। ਸਾਨੂੰ ਵੀ ਇਹ ਹੈ ਵੀ ਕੋਰਡ ਲੱਗਣ ਤੋਂ ਪਹਿਲਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਕਰਵਾਏ ਜਾਣ, ਅਤੇ ਬਾਕੀ ਮੈਂ ਤੁਹਾਨੂੰ ਇਹ ਬੜੇ ਵਿਸ਼ਵਾਸ ਨਾਲ ਕਹਿਣਾ, ਕਿਉਂਕਿ ਜਲੰਧਰ ਦੇ ਵਿੱਚ ਵੀ ਵੱਡੀ ਜਿੱਤ ਜਿਹੜੀ ਪਿਛਲੇ ਦਿਨ ਆਮ ਆਦਮੀ ਪਾਰਟੀ ਦੀ ਬਾਈ ਇਲੈਕਸ਼ਨ 'ਚ ਹੋਈ ਹੈ, ਅਤੇ ਇਹਨਾਂ ਚਾਰੇ ਸੀਟਾਂ 'ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੋ। ਮੈਂ ਦੇਖੋ ਜੀ, ਹਾਕੀ ਟੀਮ ਨੂੰ ਸਾਰੀ ਨੂੰ ਪਹਿਲਾਂ ਮੈਂ ਫੋਨ 'ਤੇ ਵੀ ਗੱਲ ਕਰ ਚੁੱਕਿਆ, ਵਧਾਈ ਵੀ ਜਿਹੜੀ ਹੈ ਦੇ ਚੁੱਕਿਆ, ਅਤੇ ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਇਹਨੇ ਲੰਬੇ ਅਰਸੇ ਬਾਅਦ ਲਗਾਤਾਰ ਦੂਜੀ ਵਾਰੀ ਭਾਰਤੀਆਂ ਨੇ, ਅਤੇ ਜੇ ਮੈਂ ਕਹਾਂ ਵੀ ਉਹਦੇ ਵਿੱਚ ਪੰਜਾਬੀਆਂ ਨੇ ਮੈਡਲ ਜਿਹੜੇ ਆ ਉਹ ਜਿੱਤੇ ਆ, ਅਤੇ ਬਾ ਕਮਾਲ ਇੰਨੇ ਪ੍ਰੈਸ਼ਰ 'ਚ, ਚਾਹੇ ਹਰਮਨ ਹੋਵੇ, ਮਨਦੀਪ ਹੋਵੇ, ਸਾਰਿਆਂ ਨੇ ਜਿਹੜੀ ਖੇਡ ਦਾ ਜਿਹੜਾ ਮੁਜ਼ਾਹਰਾ ਕੀਤਾ ਉਹ ਬਾਕੀ ਤਾਰੀਫ ਕਰਨ ਵਾਲਾ ਗਾ, ਅਤੇ ਹੁਣ ਬੜੀ ਜਲਦੀ CM ਸਾਹਿਬ ਨੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਹੈਗਾ, ਸਾਰਿਆਂ ਨੂੰ ਬੁਲਾਉਣਾ, ਉਹਨਾਂ ਦੀ ਹੌਸਲਾ ਅਫਜਾਈ ਕਰਨੀ ਹੈ, ਜਿਹੜੇ ਮੈਡਲ ਲੈ ਕੇ ਆਏ ਉਹਨਾਂ ਦੀ ਵੀ, ਅਤੇ ਜਿਹੜੇ ਸਾਡੇ ਖਿਡਾਰੀਆਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੂੰ ਵੀ ਅਸੀਂ ਬੁਲਾਉਣਾ, ਕਿਉਂਕਿ ਓਲੰਪਿਕ ਦੇ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ। ਸਾਡੇ ਜ਼ਿਲ੍ਹੇ ਦਾ ਅਕਸ਼ਦੀਪ ਪਹਿਲਾ ਬਰਨਾਲੇ ਦਾ ਜਿਹੜਾ ਮੁੰਡਾ ਜਿਹੜਾ ਓਲੰਪੀਅਨ ਬਣਿਆ ਹੈਗਾ, ਤੁਸੀਂ ਦੇਖੋ ਵੀ ਐਡੇ ਜ਼ਿਲ੍ਹੇ 'ਚੋਂ ਅੱਜ ਤੱਕ ਕਦੇ ਕੋਈ ਓਲੰਪਿਕ ਦੇ ਵਿੱਚ ਹੀ ਨਹੀਂ ਗਿਆ, ਜੇ ਪਹਿਲਾਂ ਗਿਆ ਤਾਂ ਬਹੁਤ ਵੱਡੀ ਉਪਲਬਧੀ ਹੈ ਕਿ ਸਾਰੀ ਦੁਨੀਆ ਤੁਸੀਂ ਓਲੰਪਿਕ ਦੇ ਵਿੱਚ ਪਹੁੰਚਣਾ, ਉੱਥੇ ਪਾਰਟੀਸਪੇਟ ਹੈ ਜਿਹੜਾ ਉਹ ਕਰਨਾ, ਸੋ ਜਿਹੜੇ ਵੀ ਖਿਡਾਰੀ ਸਾਡੇ ਉੱਥੇ ਪਾਰਟੀਸਪੇਟ ਵੀ ਕਰਕੇ ਆਇਆ ਸਾਡੇ ਲਈ, ਉਹਨਾਂ 'ਤੇ ਵੀ ਸਾਨੂੰ ਜਿਹੜਾ ਮਾਣ ਹੈ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਜਾਊਗੀ, ਅਤੇ ਜਿਹੜਾ ਬਣਦਾ ਮਾਣ ਸਨਮਾਨ ਹੈ ਉਹ ਵੀ ਜਿਹੜਾ ਉਹ ਕੀਤਾ ਜਾਊਗਾ। ਦੇਖੋ ਕੋਈ ਹਜੇ ਰੁਕ ਨਹੀਂ ਗਏ, CM ਸਾਹਿਬ ਦੇ ਲੈਵਲ 'ਤੇ ਉਹਨਾਂ ਨੇ ਵੀ ਕਿਹਾ ਕਿ ਸਾਰਿਆਂ ਦੇ ਨਾਲ ਜਿਹੜੀ ਡਿਸਕਸ਼ਨ ਚੱਲਦੀ ਹੈ, ਐਡਮਿਨਿਸਟ੍ਰੇਸ਼ਨ ਜਿਹੜੀ ਸਾਡੀ ਲੱਗੀ ਹੋਈ ਹੈ, ਅਤੇ ਸਾਰੇ ਕਿਤੇ ਜਿਹੜਾ ਇਹਦੇ 'ਤੇ ਕੰਮ ਜਿਹੜਾ ਕੀਤਾ ਜਾ ਰਿਹਾ, ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦਿੱਤੇ ਜਾਣ। ਹੁਣ ਕਈ ਜਗ੍ਹਾ ਐਵੇਂ ਹੈ, ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾ ਗਾ 2 ਕਰੋੜ ਰੁਪਇਆ, ਅਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਇਆ ਲੈ ਲੈ, ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਹੈ ਉਹ ਛੱਡੂਗਾ। ਅਤੇ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ, ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜ੍ਹੇ ਹੋ, ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵਨੀਤ ਬਿੱਟੂ ਜੀ ਨੇ ਕਰਦਾ, ਅਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਨ ਵੀ, ਮੈਂ ਤੁਸੀਂ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ। ਮੈਂ ਇੱਕ ਲੋਕ ਸਭਾ 'ਚ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ, ਅਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਚੁੱਕਿਆ ਸੀ ਉੱਥੇ ਕੀ ਦੇਣਾ ਸੀ, ਪਰ ਇਹਦਾ ਅਨਸਟਡੀ ਕੁਐਸਚਨ ਵੀ ਲੱਗਿਆ ਜਿਹਦਾ ਰਿਟਨ ਜਵਾਬ ਆਇਆ, ਮੈਨੂੰ ਰਿਟਨ ਜਵਾਬ ਕੀ ਆਇਆ, ਅਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ, ਚੁਣ ਕੇ ਨਹੀਂ ਕਹਿ ਲਓ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ,
ਪਰ ਦੂਜੇ ਪਾਸਿਓਂ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ, ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ, ਪਹਿਲਾਂ ਇੱਕ ਆਉਂਦਾ ਕਿ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਊਂਗਾ ਉਹਨੂੰ ਕੰਪਲੀਟ ਕਰਵਾਊਂਗਾ, ਅਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ, ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ 'ਤੇ ਲਿਖ ਕੇ ਭੇਜ ਦੂੰਗਾ ਕਿ ਜੀ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਅਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ, ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ, ਉਹ ਪੂਰਾ ਨਹੀਂ ਹੋ ਰਿਹਾ। ਅਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ, ਉਹ ਮੈਂ ਲਾਇਆ ਸੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ, ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ, ਮੈਨੂੰ ਰਿਟਰਨ ਜਵਾਬ ਲਿਖ ਕੇ ਭੇਜ ਦਿੱਤਾ। ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫਰੀ ਆਫ ਕੋਸਟ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਤੋਂ ਜ਼ਮੀਨ ਦਵਾਈ ਜਾਵੇ ਫਰੀ ਆਫ ਕੋਸਟ। ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮੋਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ, ਕਿਹੜਾ ਕਿਸਾਨ ਕਿਹੜਾ ਵਿਅਕਤੀ ਇਹ ਫਰੀ ਆਫ ਕੋਸਟ ਜ਼ਮੀਨ ਦੇਊਗਾ? ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਅਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ। ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਸਟੇਟ ਮਿਨਿਸਟਰ ਨੇ ਕਿ ਉਹ ਜਵਾਬ ਦੇਣ ਕਿ ਉਹਨਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਰੇਲਵੇ ਦੇ, ਉਹਨਾਂ ਨੇ ਰਿਟਰਨ ਜਵਾਬ ਦਿੱਤਾ ਕਿ ਜੀ ਫਰੀ ਆਫ ਕੋਸਟ ਅਸੀਂ ਜ਼ਮੀਨ ਜਿਹੜੀ ਹੈ ਲੈਣਾ ਚਾਹੁੰਦੇ ਹਾਂ, ਪਰ ਕਿਸਾਨ ਨੇ ਜਿਹੜੇ ਉਹ ਮਨ੍ਹਾ ਕਰ ਰਿਹਾ। ਕੀ ਹੁਣ ਦੱਸਣਗੇ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ, ਕੀ ਫਰੀ ਆਫ ਕੋਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਹੈ ਜਿਹੜਾ ਪੂਰਾ ਕਰਨਾ ਚਾਹੁੰਦੇ ਆ? ਸੋ ਇਹ ਸਿਰਫ ਅਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉੱਥੇ ਗਏ ਹੈਗੇ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇੱਦਾਂ ਜਿਹੜਾ ਪੂਰਾ ਉਹ ਕਰ ਸਕਣਗੇ। ਸੋ ਮੈਂ ਉਹੀ ਕਹਿਣਾ, ਦੇਖੋ ਪ੍ਰੋਜੈਕਟ ਜਿਹੜੇ ਪੂਰੇ ਤਾਂ ਹੀ ਹੋ ਸਕਦੇ ਆ ਜਿਹੜੇ ਕਿਸਾਨਾਂ ਨੂੰ ਜਿਹੜਾ ਬਣਦਾ ਜਿਹੜਾ ਮੁੱਲ ਹੈ ਉਹ ਦੇਣਾ ਚਾਹੀਦਾ। ਸੋ ਜਿੱਥੇ ਮਿਲ ਰਹੇ ਆ ਉੱਥੇ ਕੋਈ ਦਿੱਕਤ ਆ ਰਹੀ ਹੈ ਉੱਥੇ ਦੀ ਗੱਲ ਜਿਹੜੀ ਉਹ ਕਰਾ। ਕੰਗ ਸਾਹਿਬ ਬੇਸਿਕਲੀ ਮਾਣਯੋਗ ਮੁੱਖ ਮੰਤਰੀ ਜੀ ਨੇ ਸਾਡੇ ਸਾਰੇ MLA ਸਾਹਿਬਾਨਾਂ ਕੋਲ ਪਿਛਲੇ 2.5 ਸਾਲਾਂ ਜਿਹੜਾ ਸਰਕਾਰ ਨੇ ਕੰਮ ਕੀਤਾ ਹੈ ਅਤੇ ਗਾਂਹ ਜਿਹੜਾ ਸਰਕਾਰ ਦੀ ਜਿਹੜਾ ਵਿਜ਼ਨ ਹੈ ਉਹਨੂੰ ਲੈ ਕੇ ਲੋਕਾਂ ਦਾ ਫੀਡਬੈਕ, ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਰਹੀਆਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਤਮਾਮ ਜਿਹੜੀਆਂ ਫੀਡਬੈਕ ਵੀ ਲਿਆ ਔਰ ਇੰਟਰੈਕਸ਼ਨਾਂ ਵੀ ਦਿੱਤੀਆਂ, ਔਰ ਇਹ ਸਮੇਂ ਸਮੇਂ 'ਤੇ ਪਾਰਟੀ ਔਰ ਸਰਕਾਰ ਜਿਹੜਾ ਹੈ ਇਹ ਕਰਦੇ ਰਹਿੰਦੇ ਆ, ਕਿਉਂਕਿ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਾਈ ਹੈ। ਔਰ ਬੜੀ ਹੋਪਫੁਲੀ ਬਹੁਤ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ, ਸਾਰੇ MLA ਸਾਹਿਬਾਨਾਂ ਨੇ ਖੁੱਲ੍ਹ ਕੇ ਆਪਣਾ ਫੀਡਬੈਕ ਦਿੱਤਾ ਔਰ ਮਾਣਯੋਗ ਮੁੱਖ ਮੰਤਰੀ ਜੀ ਨੇ ਭਵਿੱਖ ਵਾਸਤੇ ਗਾਈਡੈਂਸ। ਅੱਛਾ, ਇੱਕ ਗਵਰਨਰ ਸਾਹਿਬ ਹੁਣ ਲਗਾਤਾਰ ਇੰਟਰਫੇਰੈਂਸ ਹੁਣ ਬਹੁਤ ਕਰ ਰਹੇ ਆ, ਕੱਲ੍ਹ ਜੋ ਮੀਟਿੰਗਾਂ ਉਹਨਾਂ ਨੇ ਲਈਆਂ ਜਿਸ ਤਰੀਕੇ ਨਾਲ ਡਾਇਰੈਕਸ਼ਨ ਦਿੱਤੀ ਹੈ ਕਿ 3 ਮਹੀਨਿਆਂ ਦੇ ਵਿੱਚ ਕੁਝ ਕੰਮ ਪੂਰਾ ਕਰੋ ਅਤੇ ਵਾਪਸ ਮੈਨੂੰ ਰਿਵਰਟ ਕਰੋ, ਅੱਜ ਵੀ ਚੀਫ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਸਵੇਰੇ 11 ਵਜੇ ਬੁਲਾ ਲਿਆ, ਅਫਸਰ ਵੀ ਕੁਛ ਲਗਾਤਾਰ ਬੁਲਾਏ ਜਾ ਰਹੇ ਨੇ, ਮੇਰੇ ਵੈਸੇ ਇਸ਼ੂ ਹੈ ਬਹੁਤ ਜ਼ਿਆਦਾ ਜਾਣਕਾਰੀ। ਪ੍ਰੈਸ ਨੋਟ ਆਇਆ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਉਹਨਾਂ ਨੇ ਦਿੱਤੀ ਜ਼ਿੰਮੇਵਾਰੀ ਜਾਂ ਜਵਾਬਦੇਹੀ ਹੈ, ਮੈਨੂੰ ਲੱਗਦਾ ਉਹ ਆਪਣੀ ਉਸ ਰਹਿ ਕੇ ਆਪਣੀ ਉਸ
ਸਥਿਤੀ 'ਚ ਰਹਿ ਕੇ ਕਰ ਸਕਦੇ ਆ। ਬਾਕੀ ਮੈਨੂੰ ਨਹੀਂ ਲੱਗਦਾ ਡੇ ਟੂ ਡੇ ਅਫੇਅਰ 'ਚ ਨਹੀਂ, ਨਾ ਤਾਂ ਕਿਸੇ ਗਵਰਨਰ ਨੇ ਮੈਨੂੰ ਲੱਗਦਾ ਨਾ ਕੋਈ ਅਧਿਕਾਰ ਹੈ, ਨਾ ਕਰਨਾ ਚਾਹੀਦਾ, ਇਹ ਤਾਂ ਸਰਕਾਰ ਦਾ ਕੰਮ। ਦੇਖੋ ਮੈਨੂੰ ਵੈਸੇ ਪਤਾ ਨਹੀਂ, ਚਲੋ ਗਡਕਰੀ ਸਾਹਿਬ ਨੇ ਇੱਕ ਚਿੱਠੀ ਲਿਖੀ ਲਾਅ ਐਂਡ ਆਰਡਰ 'ਤੇ, ਬੜੇ ਸਾਰੇ ਸਵਾਲ ਉਹਨਾਂ ਨੇ ਖੜ੍ਹੇ ਕੀਤੇ ਕਿ ਪੰਜਾਬ 'ਚ ਲਾਅ ਐਂਡ ਆਰਡਰ ਠੀਕ ਨਹੀਂ ਹੈਗਾ, ਮੇਰੇ ਠੇਕੇਦਾਰ ਮੇਰੇ ਅਫਸਰ ਜਿਹੜੇ ਆ ਉਹਨਾਂ 'ਤੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ, ਕੀ ਲਾਅ ਐਂਡ ਆਰਡਰ ਠੀਕ ਹੈਗਾ ਪੰਜਾਬ 'ਚ ਜਿਹੜੇ ਪ੍ਰੋਜੈਕਟ ਰੋਕਣ? ਕੋਈ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ 'ਚ ਕੋਈ ਕਮੀ ਪੇਸ਼ੀ ਨਹੀਂ ਹੈ, ਔਰ ਸਾਡੇ ਕੰਸਰਨ ਆਫੀਸਰ ਸਾਹਿਬਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਆ, ਔਰ ਸੈਂਟਰ ਸਰਕਾਰ ਨੂੰ ਵੀ ਪੰਜਾਬ ਦੇ ਪ੍ਰਤੀ ਆਪਣਾ ਰੁੱਖ ਜਿਹੜਾ ਆ ਉਹ ਬਦਲਣਾ ਚਾਹੀਦਾ ਹੈ। ਇਹ ਬਦਲੇ ਦੀ ਭਾਵਨਾ ਵਾਲਾ ਜਿਹੜਾ ਰੁੱਖ ਬਣਾਇਆ ਹੋਇਆ ਭਾਜਪਾ ਸਰਕਾਰ ਨੇ ਹਰੇਕ ਇਸ਼ੂ 'ਤੇ, ਪੰਜਾਬ ਨੂੰ ਲੈ ਕੇ, ਪੰਜਾਬ ਦੇ ਫੰਡਸ ਨੂੰ ਲੈ ਕੇ, ਪੰਜਾਬ ਦੇ ਕਿਸਾਨਾਂ ਨੂੰ ਲੈ ਕੇ, ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਜਿਹੜਾ ਇਹ ਬਦਲੇ ਦੀ ਭਾਵਨਾ ਵਾਲਾ ਜਿਹੜਾ ਇਹਨਾਂ ਦਾ ਵਤੀਰਾ ਆ, ਇਹ ਪੰਜਾਬ ਸਰਕਾਰ ਨੂੰ ਬਦਲਣਾ ਚਾਹੀਦਾ, ਔਰ ਜਿਹੜੇ ਤਮਾਮ ਪ੍ਰੋਜੈਕਟ ਪੰਜਾਬ 'ਚ ਚੱਲ ਰਹੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ। ਪੰਜਾਬ 'ਚ ਨਾ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਹੈ, ਨਾ ਜ਼ਮੀਨ ਐਕਵੀਜੀਸ਼ਨ ਦਾ ਜਿਹੜਾ ਮਸਲਾ ਉਹਦੇ 'ਚ ਵੀ ਕੋਈ ਨਹੀਂ ਆ, ਔਰ ਇਹ ਗੱਲਬਾਤ ਨਾਲ ਮਸਲੇ ਕਿਸਾਨਾਂ ਨਾਲ ਹੱਲ ਹੋ ਸਕਦੇ। ਕਿਸਾਨ ਲੰਮੇ ਸਮੇਂ ਤੋਂ ਬਾਰਡਰ 'ਤੇ ਬੈਠੇ ਆ, ਉਹਨਾਂ ਨਾਲ ਗੱਲ ਕਰਨ ਨੂੰ ਤਿਆਰ। ਡੈਫੀਨੇਟਲੀ ਇਹ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਜਿਹੜੀ ਲਾਈ ਹੈ, ਸਾਡਾ ਫਰਜ਼ ਬਣਦਾ ਹੈ ਕਿ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਈਏ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਆਮ ਆਦਮੀ ਪਾਰਟੀ ਨੂੰ ਸਮਾਂ ਮਿਲਿਆ ਹੈ, ਚਾਹੇ ਪੰਜਾਬ ਦੇ ਇਸ਼ੂਜ਼ ਹੋਣ, ਚਾਹੇ ਇੰਟਰਨੈਸ਼ਨਲ ਏਅਰਲਾਈਨਸ ਦਾ ਇਸ਼ੂ ਹੈ, ਸਪੋਰਟਸ ਦਾ ਇਸ਼ੂ ਹੈ, ਚਾਹੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਮੁੱਦੇ ਆ, ਚਾਹੇ ਰੇਲਵੇ ਦੀ ਗੱਲ ਕੀਤੀ ਹੈ, ਚਾਹੇ ਬਾਘਾ ਬਾਰਡਰ ਨੂੰ ਖੋਲ੍ਹਣ ਦੀ ਗੱਲ ਕੀਤੀ ਹੈ, ਚਾਹੇ ਚੰਡੀਗੜ੍ਹ ਨੂੰ ਕੈਪੀਟਲ ਦੇ ਤੌਰ 'ਤੇ, ਆਂਧਰਾ ਪ੍ਰਦੇਸ਼ ਨੂੰ ਤਾਂ 15,000 ਕਰੋੜ ਦਾ ਪੈਕੇਜ ਦੇ ਰਹੇ, ਜਿਨ੍ਹਾਂ ਦੀ ਰਾਜਧਾਨੀ ਉਹਨਾਂ ਨੂੰ 58 ਸਾਲ ਤੋਂ ਦੇ ਨਹੀਂ ਰਹੇ। ਸੋ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਆ ਉੱਥੇ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਉਹਨੂੰ ਲੌਜੀਕਲੀ ਚੁੱਕਿਆ, ਔਰ ਮੈਨੂੰ ਲੱਗਦਾ ਇਹਦੇ ਚੰਗੇ ਆਉਣ ਵਾਲੇ ਟਾਈਮ 'ਚ ਰਿਜ਼ਲਟ ਹੋਣ। ਇੱਕ ਪੀਐਮ ਸ਼੍ਰੀ ਯੋਜਨਾ ਹੈਗੀ ਹੈ ਕੇਂਦਰ ਸਰਕਾਰ ਨੂੰ, ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਸਕੂਲ ਬਣਾਉਣੇ ਹਾਈ ਟੈਕ ਸਕੂਲ ਬਣਾਉਣੇ, ਉਹਦੇ ਚੱਲਦੇ ਤੱਕ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਡਿਵੈਲਪਮੈਂਟ ਨਹੀਂ ਹੋਈ, ਰੌਲਾ ਫੋਟੋ ਨੂੰ ਲੈ ਕੇ ਪੈ ਰਿਹਾ ਕਿਉਂਕਿ ਪੀਐਮ ਸ਼੍ਰੀ ਦੇ ਜਿਹੜੇ ਸਕੂਲ ਬਣਨੇ ਆ ਪੰਜਾਬ 'ਚ ਸਿਲੈਕਟ ਹੋਇਆ ਉਹਦੇ 'ਤੇ ਪੀਐਮ ਦੀ ਫੋਟੋ ਲੱਗੀ। ਬੇਸਿਕਲੀ ਉਹ ਇਸ਼ੂ ਤਾਂ ਐਮੀਕੇਬਲੀ ਰਿਜ਼ੋਲਵ ਹੋ ਗਿਆ, ਔਰ ਇਹ ਇਸ਼ੂ ਵੀ ਮੈਂ ਟੇਕਅਪ ਕੀਤਾ ਸੀ ਪਾਰਲੀਮੈਂਟ 'ਚ ਪੀਐਮ ਸ਼੍ਰੀ ਨੂੰ ਲੈ ਕੇ, ਔਰ ਮਾਣਯੋਗ ਜਿਹੜੇ ਐਜੂਕੇਸ਼ਨ ਮਿਨਿਸਟਰ ਆ ਉਹ ਵੀ ਬੈਠੇ ਸੀ, ਔਰ ਇਹਦੇ 'ਤੇ ਵੀ ਸਾਡਾ ਕਾਫੀ ਫੰਡ ਜਿਹੜਾ ਪੰਜਾਬ ਦਾ ਉਹਨਾਂ ਨੇ ਰੋਲ ਰੱਖਿਆ, ਔਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਰਿਜ਼ੋਲਵ ਹੋਈਆਂ ਜਲਦੀ ਪੈਸਾ ਵੀ ਰਿਲੀਜ਼ ਹੋ ਜਾਵੇਗਾ। ਦੇਖੋ ਮੈਨੂੰ ਲੱਗਦਾ ਇਹ ਬਦਲੇ ਦੀ ਭਾਵਨਾ ਦਾ ਕੰਮ ਸੈਂਟਰ ਸਰਕਾਰ ਨੂੰ ਨਹੀਂ ਕਰਨਾ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਬੈਠਕ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ, ਔਰ ਸਿੱਧੇ ਤੌਰ 'ਤੇ ਇਸ ਬੈਠਕ ਦੇ ਵਿੱਚ ਜਿਹੜਾ ਅਹਿਮ ਮਸਲਾ ਸੀ ਜਿਸ ਢੰਗ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਜਿਹੜੀ ਹੈ ਇਸ ਗੱਲ ਦੀ ਹਾਮੀ ਭਰਦੀ ਸੀ ਕਿ ਆ ਸਰਕਾਰ ਜਿਹੜੀ ਹੈ ਪਿੰਡਾਂ ਦੇ ਵਿੱਚੋਂ ਚੱਲੇਗੀ, ਲੋਕਾਂ ਦੇ ਘਰਾਂ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਕੰਮ ਪੂਰੇ ਹੋਣਗੇ, ਅਤੇ ਹੁਣ ਇੱਕ ਨਵੀਂ ਸਕੀਮ ਜਿਸ ਦੇ ਵਿੱਚ MLA ਤੁਹਾਡੇ ਦੁਆਰ ਜਿਹੜੀ ਹੈ ਉਹ ਛੇਤੀ ਸ਼ੁਰੂ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਆਹ ਵੀ ਮੰਥਨ ਹੋਇਆ ਕਿ ਸੂਬਿਆਂ ਨੂੰ ਜਿਹੜੀ ਗ੍ਰਾਂਟ ਦਿੱਤੀ ਹੋਈ ਸੀ, ਜਿਹੜੀ ਜਿਹੜੇ ਵਿਧਾਨ ਸਭਾ ਨੇ, ਜਿਹੜੇ ਵਿਧਾਨ ਸਭਾ ਹਲਕੇ ਨੇ, ਜਿਹੜੇ MLA ਨੇ, ਉਹਨਾਂ ਨੂੰ ਜਿਹੜੀ ਗ੍ਰਾਂਟ ਦਿੱਤੀ ਗਈ ਸੀ ਉਹ ਗ੍ਰਾਂਟ ਦੀ ਕਿਆ ਵਰਤੋਂ ਹੋਈ ਹੈ, ਇਹਨਾਂ ਦੇ ਉੱਪਰ ਵਿਸਤਾਰਪੂਰਵਕ ਚਰਚਾ ਹੋਈ ਹੈ। ਹਾਲਾਂਕਿ ਅਮਿਤ ਹੇਰ ਦੀ ਗੱਲ ਕਰੀਏ, ਮਲਵਿੰਦਰ ਸਿੰਘ ਕੰਗ ਦੀ ਗੱਲ ਕਰੀਏ, ਦੋਨੋਂ ਕਹਿੰਦੇ ਨਜ਼ਰ ਆਏ ਨੇ ਕਿ ਚੋਣਾਂ ਦੇ ਸਿਲਸਿਲੇ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਚਰਚਾ ਨਹੀਂ ਹੋਈ, ਲੇਕਿਨ ਤਿਆਰੀ ਜਿਹੜੀ ਹੈ ਉਹ ਸਰਕਾਰ ਔਰ ਪਾਰਟੀ ਪੂਰੀ ਖਿੱਚ ਕੇ ਬੈਠੀ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook,
इंस्टाग्राम एक्स और व्हाट्सएप चैनल पर।